ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਢਿੱਲਵਾਂ ਕਲਾਂ, ਇਹ ਪਿੰਡ ਕੋਟਕਪੂਰਾ ਤਹਿਸੀਲ ਫਰੀਦਕੋਟ ਜ਼ਿਲ੍ਹੇ ਦਾ ਅਤੇ ਕੋਟਕਪੂਰੇ ਦੇ ਬਿਲਕੁਲ ਨਾਲ ਹੀ ਹੈ। ਕੋਟਕਪੂਰੇ ਤੋਂ ਬਠਿੰਡੇ ਵਾਲੀ ਸੜਕ ਦੇ ਉੱਤੇ ਵਾਇਆ ਬਾਜਾਖਾਨਾ ਜਦੋਂ ਜਾਂਦੇ ਹਾਂ ਤਾਂ ਉਸ ਸੜਕ 'ਤੇ ਪਹਿਲਾ ਪਿੰਡ ਆਉਂਦਾ, 4 ਕਿਲੋਮੀਟਰ ਹੋਊਗਾ ਕੋਟਕਪੂਰੇ ਤੋਂ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਰੂਟੀਨ 'ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ। ਅੱਜ ਇੱਕ ਬਹੁਤ ਸੋਹਣੀ ਵਹਿੜ ਦਿਖਾਉਣੀ ਹੈ ਤੁਹਾਨੂੰ। ਗਾਂ ਜਾਂ ਮੱਝ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਅਤੇ ਜੇ ਆਪਾਂ ਕੰਪੀਟੀਸ਼ਨ ਲੈਵਲ 'ਤੇ ਵੀ ਸੋਚਦੇ ਹਾਂ ਤਾਂ ਸਭ ਤੋਂ ਜ਼ਿਆਦਾ ਨੰਬਰ ਉਹਦੇ ਹਵਾਨੇ ਦੇ ਹੁੰਦੇ ਆ, ਥਣਾਂ ਦਾ ਸਾਈਜ, ਹਵਾਨਾ ਕਿੱਦਾਂ ਦਾ। ਅਤੇ ਇਸੇ ਤਰ੍ਹਾਂ ਹੀ ਇਹ ਗਾਂ ਮੈਂ ਬਹੁਤ ਸੋਹਣੀ ਕਹਿਤੀ, ਕਿਉਂਕਿ ਇਹਦਾ ਥਣ ਦਾ ਸਾਈਜ, ਹਵਾਨਾ ਉਹ ਬੜਾ ਕੰਮ ਦਾ, ਢਾਂਚਾ ਵੀ ਸੋਹਣਾ, ਬਿਊਟੀ ਚੰਗੀ ਹੈ। ਬਾਕੀ ਡਿਟੇਲ ਆਪਾਂ ਨੂੰ ਸਾਰੀ ਇਹਦੇ ਬਾਰੇ ਬਾਈ ਦੱਸ ਦੂਗਾ। ਹਵਾਨੇ ਬਾਰੇ ਮੈਂ ਗੱਲ ਕੀਤੀ ਤਾਂ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਦੇਖੋ, ਪੋਰਸ਼ਨ ਚਾਰੇ ਡਿਵਾਈਡਡ ਹੈ, ਮਤਲਬ ਅਗਲੇ ਪਿਛਲੇ ਥਣਾਂ ਦੇ ਵਿੱਚ ਆਪਸ ਵਿੱਚ ਵੀ ਤੁਹਾਨੂੰ ਕੱਟ ਜਿਹਾ ਨਜ਼ਰ ਆਊਗਾ ਅਤੇ ਬੈਕ ਸਾਈਡ ਤੋਂ ਵੀ ਕੱਟ ਇਹਦੇ ਤੁਹਾਨੂੰ ਦਿਸੂਗਾ। ਮਤਲਬ ਹਵਾਨੇ ਦਾ ਆਕਾਰ ਵੀ ਸੋਹਣਾ, ਫਿਕਸ ਜਿਹਾ ਹਵਾਨਾ, ਬੈਕ ਸਾਈਡ ਤੋਂ ਵੀ ਤੁਸੀਂ ਦੇਖੋ ਸੈਂਟਰ ਦੇ ਵਿੱਚ ਜਿਹੜਾ ਉਹ ਕੱਟ ਬਣਦਾ। ਥਣ ਆਸ ਇਹੀ ਹੈ ਵੀ ਹੱਥੀਂ ਚਵਾਈ ਵਾਲਾ ਸੋਹਣਾ ਦਿਸੂਗਾ, ਬਾਕੀ ਜਦੋਂ ਤੁਰੂਗੀ ਉਦੋਂ ਆਪਾਂ ਨੂੰ ਕਨਫਰਮ ਹੋ ਜਾਣਾ। ਸੋ ਇਹ ਵਹਿੜ ਦੱਸੋ ਵਿਕਾਊ ਹੈ, ਡਿਟੇਲ 'ਚ ਗੱਲਬਾਤ ਕਰਦੇ ਹਾਂ। ਵੀਡੀਓ ਨੈਂਡ ਤੱਕ ਦੇਖਿਓ, ਪਸੰਦ ਜਿਹਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ। ਆ ਜਾ ਬਾਈ, ਸੋ ਪਹਿਲਾਂ ਜਾਣਕਾਰੀ ਲੈਂਦੇ ਹਾਂ। ਲੱਖੇ ਬਾਈ, ਸਤਿ ਸ਼੍ਰੀ ਅਕਾਲ ਬਾਈ। ਲੱਖੇ, ਆਪਾਂ ਅੱਜ ਇੱਕ ਵਹਿੜ ਦਿਖਾਉਣ ਲੱਗੇ ਹਾਂ, ਕਿੰਨਾ ਸੂਆ ਸੂਈ? ਇਹ ਦੂਜਾ ਸੂਆ ਜੀ, 6 ਦਿਨ ਦਾ ਬਾਈ। ਠੀਕ ਹੈ, ਕਿੰਨੇ ਦਿਨ ਹੋ ਗਏ ਸੂਈ ਨੂੰ? ਇਹ ਬਾਈ ਸ਼ੁੱਕਰਵਾਰ ਦੀ ਸੂਈ ਆ, 2 ਦਿਨ ਹੋ ਗਏ। 2 ਦਿਨ? ਠੀਕ ਹੈ। ਬੱਚਾ ਕੀ ਦਿੱਤਾ ਇਹਨੇ? ਬੱਚਾ ਵੱਛਾ ਜੀ, ਮਗਰ ਬੱਚਾ ਵੱਛਾ ਦਿੱਤਾ ਹੈ। ਹਾਂਜੀ, 2 ਦਿਨ ਹੋ ਗਏ ਸੂਈ ਨੂੰ। ਹੁਣ ਬਹੁਤਾ ਅੰਦਾਜ਼ਾ ਕਿੰਨਾ ਹੋਊਗਾ ਬਾਈ? ਹੈ ਤਾਂ 20 ਤੋਂ ਬਾਹਰ, 20 ਕਿਲੋ ਕੁਝ ਮਰਜ਼ੀ 2 ਟਾਈਮ ਤੋਲ ਕੇ ਲੈ ਜੀ। ਠੀਕ ਹੈ, 20 ਕਿਲੋ ਤੋਲ ਕੇ ਲੈ ਲਏ, ਦੋਵਾਂ ਦਿਨਾਂ ਦੀ ਸੂਈ ਥੱਲੇ? ਦੋਵਾਂ ਦਿਨਾਂ ਦੀ ਸੂਈ ਥੱਲੇ, ਸਾਫ਼ ਹੁੰਦੀ ਥੱਲੇ 20 ਕਿਲੋ ਹੈ, ਵੱਧਦਾ ਜੀ, ਪਰ ਆਪਾਂ 20 ਕਿਲੋ ਦੀ ਗਰੰਟੀ ਦੇਵਾਂਗੇ। ਠੀਕ ਹੈ। ਅੱਛਾ, ਕੀ ਡਿਮਾਂਡ ਰਹਿਣੀ? ਡਿਮਾਂਡ ਫੋਨ 'ਤੇ ਰਹੂਗੀ। ਠੀਕ ਹੈ। ਅੱਛਾ, ਇਹਦੀ ਜੇਰ ਵਗੈਰਾ ਸਹੀ? ਸਾਰਾ ਕੁਝ ਡਨ ਆ ਜੀ, ਵੀਡੀਓ ਆਪਣੇ ਫੋਨ 'ਚ ਹੈਗੀ ਹੈ ਜੀ। ਜਦੋਂ ਜੇਰ ਪਈ ਉਹਦੀ ਵੀਡੀਓ ਆਪਣੇ ਕੋਲ ਹੈਗੀ? ਠੀਕ ਹੈ, ਓਕੇ, ਖੋਲੀ ਬਾਈ। ਸੋ ਦੱਸੋ ਰੇਟ ਫੋਨ 'ਤੇ ਹੈ, ਸੂਆ ਦੂਜਾ 6 ਦਿਨ ਦਾ ਬਾਈ ਕਹਿੰਦਾ, 2 ਦਿਨ ਹੋਏ ਆ ਸੂਈ ਨੂੰ, 20 ਕਿਲੋ ਬੌਲਾ ਬਾਈ ਕਹਿੰਦਾ ਵੀ ਤੋਲ ਕੇ ਲੈ ਲਓ ਜੀ। ਬੌਲਾ ਸੰਘਣਾ ਵੀ ਹੁੰਦਾ, ਵਜ਼ਨ ਠੀਕ ਰਹਿੰਦਾ। ਬਾਕੀ ਜੇ 20 ਕਿਲੋ ਤੋਂ ਸ਼ੁਰੂਆਤ ਹੈ ਤਾਂ ਸੋਹਣਾ ਦੁੱਧ ਦੇ ਦੂਗੀ, ਪਰ ਦੁੱਧ ਹਮੇਸ਼ਾ ਮਾਲਕ ਦੀ ਸੇਵਾ ਦਾ ਹੈ। ਕੋਈ ਇਨਸਾਨ ਕਿਸੇ ਪਸ਼ੂ ਤੋਂ ਕਿੰਨਾ ਚੋ ਲੈਂਦਾ, ਕਿਸੇ ਕੋਲ ਕਿੰਨਾ ਰਹਿ ਜਾਂਦਾ, ਮਤਲਬ ਪਸ਼ੂ ਨੂੰ ਸਮਝ ਕੇ ਉਹਦਾ ਸਹੀ ਰਾਸ਼ਨ ਉਹਨੂੰ ਮਿਲ ਜੇ ਤਾਂ ਦੁੱਧ ਚੰਗਾ ਦੇ ਦਿੰਦਾ। ਬਾਕੀ ਬਾਈ, ਜਿਹੜਾ ਬੌਲਾ ਇਹ ਹਰੇ ਪੱਠਿਆਂ ਦੇ ਆ? ਅੱਛਾ, ਕੋਈ ਹਜੇ ਇਹਨੂੰ ਹੋਣੀ, ਮਤਲਬ ਸਾਡੀ ਆਦਤ ਆਹੀ, ਜਿੰਨਾ ਚਿਰ ਦੁੱਧ ਬੰਦ ਨਹੀਂ ਉਹ ਚਿਰ ਦਾਣਾ ਨਹੀਂ ਦਿਖਾਉਂਦੇ ਪਸ਼ੂ ਨੂੰ। ਠੀਕ ਹੈ, ਹਾਂਜੀ। ਸੋ ਹਰੇ ਪੱਠਿਆਂ ਤੇ ਦੋਸਤੋ ਦੁੱਧ ਹੈ, ਵੈਸੇ ਦਾਣਾ ਥੋੜ੍ਹਾ ਥੋੜ੍ਹਾ ਐਡ ਕਰਨਾ ਚਾਹੀਦਾ, ਕਿਉਂਕਿ ਇੰਨਾ ਦੁੱਧ ਪਸ਼ੂ ਨੇ ਦੇਣਾ ਤਾਂ ਉਹਨੂੰ ਵੀਕ ਨਸਾਉਣ ਦੀ ਸੰਭਾਵਨਾ ਹੁੰਦੀ ਹੈ, ਸੋ ਰਾਸ਼ਨ ਦੇਣਾ ਜ਼ਰੂਰੀ ਹੈ। ਬਾਕੀ ਤੁਸੀਂ ਜਿਹੜਾ ਵੀਰ ਖਰੀਦਣਾ ਚਾਹੇ ਉਹ ਆਪਦੀ ਸਮਝ ਨਾਲ ਸੰਭਾਲੂਗਾ ਬਾਈ। ਫਿਰ ਮੋੜ ਨਹੀਂ ਲੱਗੇ। ਸੋ ਦੋਨਾਂ ਸਾਈਡ ਤੋਂ ਹਵਾਨਾ ਦੇਖੋ, ਬੜੇ ਜ਼ਬਰਦਸਤ ਕੁਆਲਿਟੀ ਦਾ ਹਵਾਨਾ ਹੈ, ਕੱਦ ਕਾਠ ਵੀ ਵਹਿੜ ਦਾ ਚੰਗਾ ਹੈ, ਹਵਾਨੇ 'ਤੇ ਨਾੜਾਂ ਵੀ ਤੁਸੀਂ ਦੇਖੋਗੇ, ਥਣ ਵੀ ਸਾਈਜ਼ ਸੋਹਣਾ, ਨਾ ਤਾਂ ਬਹੁਤਾ ਲੰਬਾ ਥਣ ਹੈ ਦੱਸੋ, ਅਤੇ ਨਾ ਇਹਦਾ ਥਣ ਜਿਹੜਾ ਕੋਈ ਛੋਟਾ ਦਿਸਦਾ। ਪੂਰੀ 1 ਨੰਬਰ ਆ। ਠੀਕ ਹੈ, ਥਣ ਵਧੀਆ ਹੱਥਾਂ 'ਚ ਆਉਂਦਾ, ਮੁੱਠੀ ਵਾਲਾ ਥਣ ਆ ਜੀ ਜੋ। ਠੀਕ ਹੈ। ਸੋ ਦੱਸੋ ਇਸ ਸਾਈਡ ਤੋਂ ਨਾੜਾਂ ਦੇਖਿਓ ਜੀ, ਹਵਾਨੇ ਦੇ ਉੱਤੇ ਮੜੀਆਂ ਤੁਸੀਂ, ਬਹੁਤ ਸੋਹਣਾ ਹਵਾਨਾ। ਮੈਂ ਇਸ ਕਰਕੇ ਕਹਿ ਰਿਹਾ ਸੀ ਕਿਉਂਕਿ ਇਹਦਾ ਆਕਾਰ ਬੜਾ ਜ਼ਬਰਦਸਤ ਜਿਹਾ ਦਿਸਦਾ, ਥੱਲੇ ਨੂੰ ਭੂਰਾ ਵੀ ਨਹੀਂ ਹਵਾਨਾ, ਅੱਗੇ ਨੂੰ ਚੰਗਾ। ਹੁਣ ਤੁਸੀਂ ਥਣ ਦੇਖ ਲਓ ਚਾਰੇ, ਸੂਈ ਸਵਾਈ ਵਹਿੜ ਆ ਦੱਸੋ, ਜਿਹਨੂੰ ਪਸੰਦ ਆਵੇ ਤਾਂ ਤੁਸੀਂ ਦੁੱਧ ਚੋ ਕੇ ਲੈ ਲੈਣਾ, ਨੰਬਰ ਜਿਹੜਾ ਉਹ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ। ਢਾਂਚੇ ਦੀ ਵੀ ਸੋਹਣੀ ਆ, ਅਤੇ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ, ਚਵਾਈ ਦਾ ਟਾਈਮ ਹੋਇਆ ਖੜਾ, ਖੜਨੀ ਖੁੜਨੀ ਇਸੇ ਤਰ੍ਹਾਂ ਹੀ ਲੱਗਦੀ ਹੈ ਵੀ ਜਿਵੇਂ ਹੁਣ ਇਹ ਡੀਕਦੀ ਹੁੰਦੀ ਹੈ ਵੀ ਮੈਨੂੰ ਚੋਲੋ, ਕਿਉਂਕਿ ਚੰਗੇ ਦੁੱਧ ਵਾਲੀ ਵਹਿੜ ਹੈ ਅਤੇ ਇਹਨੇ ਚਵਾਈ ਜਿਹੜੀ ਉਹਦੀ ਵੇਟ ਕਰਨੀ ਕਰਨੀ ਹੈ। ਸੋ 2 ਦੰਦ ਨਵਾਂ ਹਾਣ ਵਹਿੜ ਦਿਖਾ ਰਿਹਾ ਤੁਹਾਨੂੰ,
ਹਵਾਨਾ ਫਿਰ ਬੈਕ ਸਾਈਡ ਤੋਂ ਦੇਖੋ, ਲੱਖੇ ਲੈ ਚੱਲ ਅੰਦਰ ਨੂੰ ਬਾਈ। ਲੱਤਾਂ ਦੀ ਬਣਾਵਟ ਦੇਖਦੇ ਹਾਂ ਤਾਂ ਇਹ ਵੀ ਸਿੱਧੀਆਂ ਬਿਲਕੁਲ ਦਿਸਣਗੀਆਂ, ਬਾਕੀ ਖੁਰ ਖੁਰ ਛੋਟੇ ਆ, ਸੋਹਣੇ ਆ। ਚੰਗੀ ਸਾਂਭ ਸੰਭਾਲ ਜੇ ਕੋਈ ਵੀਰ ਕਰਦਾ ਤਾਂ ਭਾਵੇਂ 5-7 ਸੂਏ ਚੋ ਕੇ ਵੀ ਵੇਚ ਲਓ, ਜੇ ਇਸੇ ਕੀਮਤ 'ਚ ਜਿੰਨੇ ਦੀ ਖਰੀਦੋਗੇ ਅੱਜ ਉਨੇ ਦੀ ਵਿਕ ਜਾਣੀ ਹੈ। ਕੀਮਤਾਂ ਵੱਧ ਹੀ ਰਹੀਆਂ ਚੰਗੇ ਪਸ਼ੂਆਂ ਦੀਆਂ। ਸੋ ਅੱਜ ਦੀ ਵੀਡੀਓ ਦਾ ਇਹ ਇੱਕ ਨਾਗ ਫੋਰ ਸੇਲ ਸੀ। ਜਿਹੜੀ ਜੇਰ ਦੀ ਗੱਲ ਕੀਤੀ ਹੈ ਉਹ ਪ੍ਰੋਪਰ ਵੀਡੀਓ ਮੈਂ ਵੀ ਦੇਖੀ ਹੈ, ਜਦੋਂ ਆਉਂਗੇ ਜਿਹਦੇ ਨਾਲ ਸੌਦਾ ਹੋ ਗਿਆ ਉਹ ਵੀਰ ਵੀਡੀਓ ਦੇ ਵਿੱਚ ਜੇਰ ਪੈਂਦੀ ਜਿਹੜੀ ਉਹ ਪ੍ਰੋਪਰ ਵੀਡੀਓ ਦੇਖ ਲੂਗਾ, ਮਤਲਬ ਸਾਰੀ ਜੇਰ ਇਹਨੇ ਇੱਕਦਮ ਸਿੱਟੀ ਹੈ ਉਹ ਤੁਸੀਂ ਵੀਡੀਓ 'ਚ ਦੇਖ ਲਓਗੇ, ਬਾਕੀ ਫਿਰ ਵੀ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰੋਗੇ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।